ਹਾਂਜੀ ਦੋਸਤੋ, ਆਪਣੇ ਆਪਣੀ ਜਿਹੜੀ ਗਾਰਡਨ ਹਾਊਸ ਹੈ ਨਾ, ਇਹਦਾ ਆਹ ਪਾਰਟ ਖਰਾਬ ਹੋ ਗਿਆ ਹੈ ਨਾ, ਇੱਥੋਂ ਪਾਣੀ ਲੀਕ ਕਰਦਾ ਵਾ। ਮੈਂ ਤਾਂ ਸਪ੍ਰਿੰਕਲਰ ਵੀ ਚੇਂਜ ਕਰਕੇ ਦੇਖ ਲਿਆ, ਮੈਂ ਸ਼ਾਇਦ ਇਹਦੀ ਪ੍ਰੋਬਲਮ ਹੋਵੇ ਨਵਾਂ ਲਿਆਂਦਾ, ਪਰ ਇੱਥੋਂ ਲੀਕ ਹੁੰਦਾ ਵਾ, ਇਹ ਕਸਬ ਨਹੀਂ ਹੁੰਦਾ। ਅਤੇ ਆਪਾਂ ਕੀ ਕਰਾਂਗੇ, ਇੱਥੋਂ ਇਹਨੂੰ ਇੱਥੋਂ ਕੱਟ ਕੇ ਨਾ, ਇੱਥੋਂ ਕੱਟ ਕੇ ਅਤੇ ਜਿਹੜਾ ਆਪਾਂ ਹੋਸ ਲਿਆਂਦਾ, ਆਪਾਂ ਮੇਲ ਹੋਸ ਆ ਜਿਹੜਾ ਆਹ ਵਾਲਾ, ਇਹ ਚੜ੍ਹਾਵਾਂਗੇ, ਠੀਕ ਹੈ। ਨਾਲ ਦੇ ਕਲੈਂਪ ਹੈਗਾ ਵਾ, ਅਤੇ ਇਹ ਤੁਹਾਡੇ ਜਿੱਦਾਂ ਰੋਨਾ ਹੋਮ ਡਿਪੂ ਉੱਥੋਂ ਮਿਲ ਜਾਣੇ। ਸਾਈਜ਼ ਦੇਖ ਲਿਓ, ਇਹ 5/8 ਆ ਆਪਣੀ ਜਿਹੜੀ, ਆਹ ਪਾਈਪ 5/8 ਦੀ ਆ, ਠੀਕ ਹੈ ਜੀ। ਜੇ ਛੋਟੀਆਂ ਪਾਈਪਾਂ ਉਹ ਵੇਲੇ 1/2 ਇੰਚ ਆ, ਸੋ ਸਾਈਜ਼ ਦੇਖ ਲਿਓ ਤੁਹਾਨੂੰ ਕਿਹੜਾ ਚਾਹੀਦਾ ਵਾ। ਅਤੇ ਆਪਾਂ ਇਹਨੂੰ ਕੱਟ ਕੇ ਪੈਪ ਨੂੰ ਨਾਲ ਪਾਸੇ ਚੜ੍ਹਾ ਕੇ ਕਲੈਂਪ ਕੱਸਦਾ, ਫਿਰ ਦੇਖਦੇ ਹਾਂ, ਠੀਕ ਹੈ ਜੀ। ਇਹਨੂੰ ਕੱਟ ਕੇ ਆਪਾਂ ਜੀ ਕਲੈਂਪ ਚੜ੍ਹਾ ਕੇ ਹੈ ਨਾ, ਅਤੇ ਇਹਨੂੰ ਚੰਗੀ ਤਰ੍ਹਾਂ ਕੱਸ ਦੇਵਾਂਗੇ, ਇਹਨੂੰ ਜਿਹੜਾ ਲੀਕ ਨਾ ਹੋਵੇ ਇੱਥੋਂ। ਚੰਗੀ ਤਰ੍ਹਾਂ ਟਾਈਟ ਕਰ ਦਿਓ, ਫਿਰ ਲੀਕ ਹੋਣ ਦੇ ਚਾਂਸ ਨਹੀਂ ਰਹਿਣਗੇ, ਠੀਕ ਹੈ ਜੀ। ਚਲੋ ਜੀ, ਇਸ ਤੋਂ ਬਾਅਦ ਚੜ੍ਹਾਵਾਂਗੇ ਸਪ੍ਰਿੰਕਲਰ, ਫਿਰ ਕਰਦੇ ਹਾਂ ਟਰਾਈ। ਅਤੇ ਇਹਦੇ ਉੱਪਰ ਨਾ ਜੀ ਇੱਕ ਆਪਣੀ ਵਾਈਟ ਜੀ ਹੁੰਦੀ ਆ ਟੇਪ ਟਾਈਪ ਸੀਲ ਜਿਹੜੀ ਹੁੰਦੀ ਆ, ਉਹ ਲਪੇਟ ਲਿਓ ਇੱਕ ਵਾਰੀ, ਜੇ ਮਾੜੀ ਮੋੜੀ ਲੀਕ ਆ ਉਹ ਹੋਵੇ ਨਾ। ਅਤੇ ਜਿਹੜੀ ਆਪਾਂ ਇਹ 'ਚੋਂ ਵਾਸ਼ਰ ਕੱਢੀ ਸੀ, ਜਿਹੜੇ ਵਿੱਚ ਵਾਸ਼ਰ ਕੱਢੀ ਸੀ ਨਾ, ਉਹ ਇਹ 'ਚ ਨਵੀਂ ਵਾਲੀ 'ਚ ਪਾਉਣੀ ਆ, ਠੀਕ ਆ। ਅਤੇ ਆਹ ਆਪਣੀ ਹੁਣ ਕੱਸੀ ਗਈ ਪਾਈਪ ਸੈੱਟ ਆ ਪਾਣੀ, ਠੀਕ ਹੈ ਜੀ। ਇੱਦੋਂ ਵੀ ਠੀਕ ਆ, ਕਿਸੇ ਪਾਸੇ ਕੋਈ ਲੀਕ ਨਹੀਂ ਆ, ਆਲ ਗੁੱਡ ਆ, ਠੀਕ ਆ। ਸੋ ਇਹ ਹੀ ਆਪਣਾ ਉਹਦਾ ਟੈਗ ਜਿਹਾ, ਔਰਬਿਟ ਬ੍ਰਾਂਡ ਆ। ਅਤੇ ਇਹ ਆਪਣੇ 5/8 ਦੀ ਹੀ, ਤੁਸੀਂ ਦੇਖ ਲਓ ਤੁਹਾਡੀ ਪਾਈਪ ਕਿਹੜੀ 1/2 ਇੰਚ ਦੀ ਆ ਜਾਂ ਕਿਹੜੀ ਆ। ਅਤੇ
ਆਪਣਾ ਨਵੀਂ ਹੋਸ ਲਿਆਉਣ ਦੀ ਲੋੜ ਨਹੀਂ ਬਸ ਇਹਨੂੰ ਅੱਗੋਂ ਕੱਟ ਕੇ ਇਹਨੂੰ ਅਤੇ ਇਹ 'ਤੇ ਆ ਸੋਕਟ ਚੜ੍ਹਾ ਕੇ 5/8 ਦੀ ਕਲੈਂਪ ਚੰਗੀ ਤਰ੍ਹਾਂ ਕੱਸ ਦਿਉ ਅਤੇ ਇਹ ਬਸ ਜਾਂਦੀ ਨਹੀਂ ਆ। ਠੀਕ ਹੈ ਜੀ, ਮਿਹਰਬਾਨੀ ਜੀ।